ਕਪਾਸ ਦੀ ਫਸਲ ਵਾਸਤੇ بارشਾਂ ਬਹੁਤ ਹੀ ਨੁਕਸਾਨਦੇ ਆ ਕਿਉਂਕਿ ਜਦੋਂ ਜ਼ਿਆਦਾ ਪਾਣੀ ਖੜ ਜਾਂਦਾ ਵਾ ਇੱਕ ਤਾਂ ਫਸਲ ਆਪਣਾ ਰੰਗ ਚੇਂਜ ਕਰਨਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਇਹਦੀਆਂ ਜੜਾਂ ਆਪਣਾ ਸਾਹ ਲੈਣ ਦਾ ਜੜਾ ਅੰਮਲ ਹੁੰਦਾ ਵਾ ਰੁਕ ਜਾਂਦਾ ਵਾ ਜੜਾਂ ਗੱਲੀਆਂ ਸ਼ੁਰੂ ਹੋ ਜਾਂਦੀਆਂ ਵਾਂ ਔਰ ਉਹਦੇ ਨਾਲ ਪੌਦਾ ਪੂਰੀ ਫਿਰ ਖਰਾਕ ਵੀ ਨਹੀਂ ਲੈਂਦਾ ਜਿਹਦੇ ਵਜਿਹਾ ਨਾਲ ਇੱਕ ਤਾਂ ਰੰਗ ਬਦਲਣਾ ਸ਼ੁਰੂ ਹੋ ਜਾਏਗਾ ਦੂਸਰਾ ਜਿਹੜੇ ਇਹਦੇ ਪੱਤੇ ਆ ਜਾਮਨੀ ਹੋਣਾ ਸ਼ੁਰੂ ਹੋ ਜਾਣਗੇ ਇਹ ਕਿਸ ਵਜ੍ਹਾ ਤੋਂ ਹੁੰਦੇ ਆ ਔਰ ਅਗਰ ਜ਼ਿਆਦਾ ਪਾਣੀ ਕੇ ਪਾਸ ਹੋਵੇ ਤੇ ਸਾਨੂੰ ਕੀ ਤਰੀਕਾ ਬਣਾਉਣਾ ਚਾਹੀਦਾ ਵਾ ਅੱਜ ਆਪਾਂ ਇਸ ਤੇ ਗੱਲ ਕਰਾਂਗੇ ਔਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਬੈਲ ਕੰਗ ਦਬਾਓ ਔਰ ਫਸਲਾਂ ਦੇ ਮਤਲਕ ਜਿਹੜੀ ਵੀਡੀਓ ਆਵੇ ਤੁਹਾਡੇ ਤੱਕ ਬਰਬਖਤ ਪਹੁੰਚ ਜਾਵੇ ਅਸਲਾਮੁਅਲਿਕ ਮੈਂ ਮਰਤਜ਼ਾ ਗੁਜਰ ਤੁਸੀਂ ਦੇਖ ਰਹੇ ਹੋ ਮਰਤਜ਼ਾ ਗਰੀ ਪੰਜਾਬ ਕਿਉਂਕਿ ਇੱਕ ਪਾਸੇ ਅਗਰ 48 ਘੰਟੇ ਤੋਂ ਜ਼ਿਆਦਾ ਪਾਣੀ ਖੜਾ ਰਵੇ ਤੇ ਬਹੁਤ ਹੀ ਨੁਕਸਾਨਦੇਹ ਵਾਲਾ ਕਿਉਂਕਿ ਪੌਦੇ ਇੱਕ ਤਾਂ ਮਰਨਾ ਸ਼ੁਰੂ ਹੋ ਜਾਂਦੇ ਆ ਜਾਨੀ ਕਿ ਜੜਾਂ ਤੋਂ ਖੁਰਾਕ ਨਹੀਂ ਲੈਂਦੇ ਜੜਾਂ ਗਲ ਜਾਂਦੀਆਂ ਵਾ ਇਹ ਪੌਦੇ ਸੜਨਾ ਸ਼ੁਰੂ ਹੋ ਜਾਂਦੇ ਆ ਔਰ ਦੂਸਰੀ ਗੱਲ ਇਹ ਆ ਕਿ ਅਗਰ ਤੁਸੀਂ 4 ਤੁਸੀਂ ਉਹਦੀ ਕੋਸ਼ਿਸ਼ ਕਰੋ ਕਿ ਪਾਣੀ ਕਿਸੇ ਨਾ ਕਿਸੇ ਸਾਈਡ ਤੇ ਜਾਂ ਸਾਈਡ ਤੇ ਕਟੋਆ ਮਾਰ ਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਪਾਣੀ ਆਪਣਾ ਬਾਹਰ ਕਢਣ ਦੀ ਕੋਸ਼ਿਸ਼ ਕਰੋ। ਔਰ ਅਗਰ ਪਾਣੀ ਖੁਸ਼ਕ ਹੋ ਗਿਆ ਵਾ ਇਹਨੂੰ ਕੋਸ਼ਿਸ਼ ਕਰੋ ਕਿ ਤਾਰ ਬਤਰ ਚ ਪਾਣੀ ਤੁਸੀਂ ਲਵਾਨਾ ਯਾਨੀ ਕਿ ਥੋੜਾ ਬਤਰ ਖੁਸ਼ਕ ਨਹੀਂ ਹੋਉਂਦੇ ਨਾ ਕਿਉਂਕਿ ਜਿਹੜਾ بارش ਦਾ ਪਾਣੀ ਹੁੰਦਾ ਵਾ ਇਹ ਖੁਸ਼ਕ ਹੁੰਦਾ ਵਾ ਜੁਹੀਂ بارش ਤੋਂ ਬਾਅਦ ਮੌਸਮ ਗਰਮ ਹੋਏਗਾ ਔਰ ਫੌਰੀ ਤੌਰ ਤੇ ਇਹਦਾ ਜਿਹੜਾ ਕਬਾਜ਼ ਦਾ ਕਿਹੜਾ ਸ਼ੁਰੂ ਹੋਣਾ ਹੋ ਜਾਏਗਾ। ਇਹ ਤੋਂ ਕਿਹੜਾ ਹੋਏਗਾ ਤੇ ਜ਼ਾਹਰੀ ਗੱਲ ਆ ਆਪਣਾ ਬਹੁਤ ਮਸਲਾ ਬਣੇਗਾ। ਉਸ ਤੋਂ ਬਾਅਦ ਤੁਸੀਂ ਇਹ ਕੋਸ਼ਿਸ਼ ਕਰੋ ਕਿ ਬਤਰ ਜੀ ਨੂੰ ਆਪਣਾ ਪ ਔਰ 2 ਕਿਲੋ ਸਲਫਰ ਔਰ ਨਾਲ ਯੂਰੀਆ ਵੀ ਫਲੱਡ ਕਰੋ ਉਸ ਤੋਂ ਬਾਅਦ ਤੁਸੀਂ ਇਹ ਹੱਲ ਕਰੋ ਕਿ ਜਿਹੜੇ ਪੱਤੇ ਜਾਮ ਨਹੀਂ ਹੋ ਰਹੇ ਨੇ ਐ ਦੇਖੋ ਪਾਸ ਦੇ ਪੱਤੇ ਜਾਮ ਨਹੀਂ ਬਾਰਸ਼ਾਂ ਦੇ ਬਾਅਦ ਇੱਕ ਸਭ ਬਿਮਾਰੀ ਆ ਜਾਂਦੀ ਆ ਕਿਉਂਕਿ ਪੌਦੇ ਪੂਰੀ ਖਰਾਕ ਨਹੀਂ ਚੋਕਦੇ ਮੈਗਨੇਸ਼ੀਅਮ ਦੀ ਕਮੀ ਹੁੰਦੀ ਆ ਤੇ ਔਰ ਜਿਹੜੇ ਪੌਦੇ ਆਪਣਾ ਪੀਲਾ ਹੋਣਾ ਸ਼ੁਰੂ ਹੋ ਜਾਂਦੇ ਆ ਇਹ ਜ਼ਿੰਕ ਦੀ ਕਮੀ ਯੂਰੀਆ ਦੀ ਕਮੀ ਤੋਂ ਆ ਉਸ ਤੋਂ ਬਾਅਦ ਜੁਹੀ بارشਾਂ ਦਾ ਸਪੈਲ ਖਤਮ ਹੋਏਗਾ ਮੌਸਮ ਗਰਮ ਹੋਏਗਾ ਤੇ ਸਫੈਦ ਮੱਕੀ ਸਬਜ਼ੀ ਤੇਲੇ ਦਾ ਅਟੈਕ ਬੜੀ ਸ਼ਿੱਦਤ ਨਾਲ ਫਸਲ ਤੇ ਆਏਗਾ ਅਗਰ ਤਾਂ بارشਾਂ ਤੋਂ ਪਹਿਲਾਂ ਸਪਰੇਅ ਕਰ ਲਈ ਸੀ ਤੇ ਫਿਰ ਅਟੈਕ ਥੋੜਾ ਘੱਟ ਹੋਏਗਾ ਲੇਕਿਨ ਅਗਰ بارشਾਂ ਤੋਂ ਪਹਿਲਾਂ ਸਪਰੇਅ ਨਹੀਂ ਕੀਤੀ ਤੇ ਜਦੋਂ ਮੌਸਮ ਗਰਮ ਹੋਏਗਾ ਤੇ ਫੌਰੀ ਤੌਰ ਤੇ ਇਹਦਾ ਹਮਲਾ ਜ਼ਿਆਦਾ ਸ਼ੁਰੂ ਹੋਨੇਗਾ ਇਹਦੇ ਵਾਸਤੇ ਤੁਸੀਂ ਫਲੋਨਿਕਾਮਿਡ 60 ਗ੍ਰਾਮ ਵੀ ਇੱਕੜੇ استعمال ਕਰੋ ਅਗਰ ਅਟੈਕ ਜ਼ਿਆਦਾ ਤੁਸੀਂ 80 ਗ੍ਰਾਮ ਵੀ ਫੀਕੜੇ استعمال ਕਰ ਸਕਦੇ ਹਾਂ ਜਿਹੜਾ ਆਈਸੀਆਈ ਕੋਲੇ ਆ ਉਹ ਉਲਾਲਾ ਦੇ ਨਾਮ ਤੋਂ ਆ ਬਾਕੀ ਅੱਛੀ ਕੰਪਨੀ ਦਾ ਤੁਸੀਂ ਫਲੋਨਿਕਾ ਮੈਡ ਦੇ ਨਾਮ ਤੋਂ ਜਿਹੜਾ ਜ਼ਹਿਰ ਹੁੰਦਾ ਉਹ ਇਸਤੇਮਾਲ ਕਰੋ ਔਰ ਅਗਰ ਅਟੈਕ ਜ਼ਿਆਦਾ ਵਾ ਤੇ ਤੁਸੀਂ ਨਾਲ ਪੈਰੀਪ੍ਰੋਕਸੀਫਨ 400 ਐਮਐਲ ਫੀਕੜ ਇਸਤੇਮਾਲ ਕਰ ਸਕਦੇ ਆ ਉਹਦੇ ਨਾਲ ਰਿਜ਼ਲਟ ਬਹੁਤ ਜ਼ਬਰਦਸਤ ਹੋ ਜਾਏਗਾ ਇਹ ਤੁਸੀਂ ਇਹ ਕੰਮ ਹੋਰ ਕਰਨਾ ਵਾ ਜਦੋਂ ਬਾਰਿਸ਼ਾਂ ਤੋਂ ਬਾਅਦ ਜਦੋਂ ਤੁਸੀਂ ਪਾਣੀ ਲਗਾਣਾ ਵਾ ਤੇ 800 ਗ੍ਰਾਮ ਥਾਇਓਫਨੇਟ ਤੁਸੀਂ ਲਾਜ਼ਮੀ ਫਲੱਡ ਕਰੋ ਉਹਦਾ ਕਿਉਂਕਿ ਫੰਗਸ ਦਾ ਅਟੈਕ ਬਾਰਿਸ਼ਾਂ ਦੀ ਵਜ੍ਹਾ ਨਾਲ ਜ਼ਿਆਦਾ ਹੋ ਜਾਂਦਾ ਵਾ ਕਿਉਂਕਿ ਜ਼ਿਆਦਾ ਪਾਣੀ ਖੜਾ ਹੁੰਦੀ ਵਜ੍ਹਾ ਨਾਲ ਇਹਦੀਆਂ ਜੜਾਂ ਖ ਤੇ ਪੌਦੇ ਮਰ ਜਾ ਜਾਂਦੇ ਆ ਉਹ ਥਾਇਓਫਨੇਟ ਜਿਹੜਾ ਤੁਹਾਡਾ ਇhtiyatn ਹੋ ਜਾਏਗਾ ਕਿ ਉਹਦੇ ਨਾਲ ਪੌਦੇ ਫੋਰੀ ਤੋਂ ਮਰ ਜਾਣਗੇ ਨਹੀਂ ਜਿਹੜੇ ਅਗਰ ਬਿਮਾਰੀ ਦਾ ਅਟੈਕ ਹੋਏਗਾ ਤੇ ਇਨਸ਼ਾਅੱਲਾ ਉਹ ਤੇ ਰੁਕ ਜਾਏਗਾ ਯੂਰੀਆ ਸਲਫਰ ਤੁਸੀਂ ਅਗਰ ਸਵਾਲ ਕਰਦੇ ਤੁਸੀਂ ਨਾਲ 800 ਗ੍ਰਾਮ ਥਾਇਓਫਨੇਟ ਵੀ ਫਲੱਡ ਕਰ ਸਕਦੇ ਆ ਅਗਰ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਬਾਓ ਤਾਂ ਕਿ ਫਸਲ ਨਾਲ ਮੁਤਲਕ ਜਿਹੜੀ ਵੀਡੀਓ ਆਵੇ ਤੁਹਾਡੇ ਤੱਕ ਬਰਬਰ ਪਹੁੰਚ ਜਾਵੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਲਾ ਹਾਫਿਜ਼